ਦੁਨੀਆ ਭਰ ਦੇ ਖਿਡਾਰੀਆਂ ਦੀ ਇੱਕ ਸਫਲ ਕਬੱਡੀ ਲੀਗ ਜਿਸ ਦਾ ਨਾਮ ਹੈ ਵਰਲਡ ਕਬੱਡੀ ਲੀਗ। ਵਰਲਡ ਕਬੱਡੀ ਡਰੱਗ ਕਮੇਟੀ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਕਿਹਾ ਕਿ WKDC ਦੀ US ਵਿੱਚ ਹੋਈ ਬੈਠਕ ਵਿੱਚ ਸੰਸਾਰ ਭਰ ਦੀਆਂ 11 ਕਬੱਡੀ ਫੈਡਰੇਸ਼ਨਾਂ ਨੇ ਇੱਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਇਸ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 1 ਜਨਵਰੀ 2020 ਤੋਂ ਸ਼ੁਰੂ ਹੋਣ ਵਾਲੇ ਸੀਜ਼ਨ ਦੇ ਵਿੱਚ ਸਾਰੇ ਖਿਡਾਰੀਆਂ ਨੂੰ ਡੋਪ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਉਹਨਾਂ ਦੱਸਿਆ ਕਿ ਟੈਸਟ 15 ਨਵੰਬਰ ਤੋਂ 15 ਦਸੰਬਰ ਤੱਕ ਚੰਡੀਗੜ੍ਹ ਸਥਿਤ ਅਮਰੀਕੀ ਕੰਪਨੀ ਕੁਐਸਟ ਦੀ ਲੈਬੋਰਟਰੀ ਵਿੱਚ ਕਰਵਾਉਣੇ ਪੈਣਗੇ। ਡੋਪ ਟੈਸਟ ਵਿੱਚ ਸਫਲ ਹੋਣ 'ਤੇ ਖਿਡਾਰੀ ਆਪਣਾ ਟੈਸਟ ਦੁਬਾਰਾ ਕਰਵਾ ਸਕਦੇ ਨੇ। ਸੁਰਜਨ ਸਿੰਘ ਚੱਠਾ ਨੇ ਦੱਸਿਆ ਕਿ ਪਿਛਲੇ ਵਰਲਡ ਕਬੱਡੀ ਕੱਪ ਦੇ ਸਮੇਂ ਡੋਪ ਟੈਸਟ ਦੌਰਾਨ 18% ਖਿਡਾਰੀ ਸਟੀਰੋਇਡ ਦੇ ਨਾਲ ਗ੍ਰਸਤ ਪਾਏ ਗਏ ਸਨ। ਉਹਨਾਂ ਨੇ ਦੱਸਿਆ ਕਿ ਸਟੀਰੋਇਡ ਦੇ ਟੀਕੇ ਨੂੰ ਪੂਰੀ ਤਰ੍ਹਾਂ ਦੇ ਨਾਲ ਬੈਨ ਕਰ ਦਿੱਤਾ ਗਿਆ ਹੈ। ਮੇਰਾ ਨਾਮ ਹੈ ਜੀ ਸੁਰਜਨ ਸਿੰਘ ਚੱਠਾ, ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਪ੍ਰਧਾਨ ਹਾਂ ਮੈਂ। 22-23 ਸਾਲ ਤੋਂ ਮੇਰੀ ਫੈਡਰੇਸ਼ਨ ਐਗਜ਼ਿਸਟੈਂਸ ਆ ਪੰਜਾਬ ਦੇ ਵਿੱਚ। ਮੇਲੇ ਖਿਲਾਉਂਦੇ, ਟੀਮਾਂ ਖਿਲਾਉਂਦੇ, ਬਾਹਰ ਭੇਜਦੇ, ਅੰਦਰ ਭੇਜਦੇ ਹਾਂ। ਜਿਹੜਾ ਆਹ ਨਾ WKDC ਆ, ਇਹ ਇਸ ਸਾਲ ਬਣੀ ਹੈ ਫੈਡਰੇਸ਼ਨ, ਰਾਈਟ, ਸਪਤੰਬਰ ਅਕਤੂਬਰ ਦੇ ਵਿੱਚ। ਅਤੇ ਇਹ ਨਵਾਂ ਇੱਕ ਸਿਸਟਮ ਚਲਾਇਆ ਕੰਮ ਰੱਖੀ ਵੀ ਸਾਰੀਆਂ ਕੰਟਰੀਆਂ ਇਕੱਠੀਆਂ ਕਰਕੇ ਅਸੀਂ ਮੀਟਿੰਗ ਕੀਤੀ ਸੀਗੀ। ਸਾਰੀਆਂ ਕੰਟਰੀਆਂ ਨੂੰ ਸਾਈਨ ਕਰਾਏ ਸੀਗੇ ਵੀ ਆਪਾਂ ਗਾਂਹ ਵਾਸਤੇ ਡੋਪ ਟੈਸਟ, ਡਰੱਗ ਟੈਸਟ ਕਰਾਉਣਾ ਵਾ, ਦੋਨੇ ਕਰਾਉਣੇ, ਠੀਕ ਆ। ਉਹਦੇ ਵਾਸਤੇ ਨਵਾਂ ਪ੍ਰੋਸੈਸ ਸ਼ੁਰੂ ਕੀਤਾ ਵਾ। ਇਹ ਫਸਟ ਟਾਈਮ ਆ, ਇਹ ਫਸਟ ਟਾਈਮ ਇਹ ਕਰ ਰਹੀ ਕੰਮ, ਇਹ ਜਿਹੜੀ ਹੈਗੀ ਆ ਐਸੋਸੀਏਸ਼ਨ, ਇਹ ਕੰਮ ਪਹਿਲਾਂ ਨਹੀਂ ਕੀਤਾ ਇਹਨੇ। ਇਹ ਚੰਡੀਗੜ੍ਹ ਦੇ ਵਿੱਚ ਆ, ਪ੍ਰੈਸ ਮੀਟ ਵਿੱਚ ਲਿਖਿਆ ਪੂਰਾ ਐਡਰੈਸ। ਅਤੇ ਸਰ, ਅਗਰ ਗੱਲ ਕੀਤੀ ਜਾਵੇ ਕਬੱਡੀ ਦੇ ਪਲੇਅਰਾਂ ਦੀ, ਪਹਿਲਾਂ ਜਿਹੜੇ ਟੈਸਟ ਹੋਏ ਨੇ ਕਿੱਦਾਂ ਦੇ ਨਸ਼ੇ ਲੈਂਦੇ ਸੀ ਕਬੱਡੀ? ਆਈ ਕਾਂਟ ਟੈਲ ਯੂ ਦੈਟ। ਨਹੀਂ, ਇੱਕ ਟੀਕਾ ਸੀਗਾ ਟਰਮਨ ਜਿਹੜਾ ਲਾਉਂਦੇ ਮੌਕੇ ਉੱਤਾ, ਉਹ ਅਸੀਂ ਉਹਦੇ ਟੈਸਟ ਕੀਤੇ ਸੀ। ਜਿਹੜੇ ਆਏ ਸੀ ਉਹਨੇ ਬੈਨ ਕੀਤਾ ਸੀ ਟੈਂਪਰਰੀਲੀ। ਉਹ ਇੰਜੈਕਸ਼ਨ ਆ, ਸਟੀਰੋਇਡ, ਉਹ ਨਹੀਂ, ਹਾਈ ਪਾਵਰ ਇੰਜੈਕਸ਼ਨ ਆ ਜਿਹੜਾ ਤੁਹਾਨੂੰ ਫਾਸਟ ਦਿੰਦਾ ਬੋਡੀ ਨੂੰ, ਰਾਈਟ। ਜਿਹੜਾ ਹੈ ਮੈਡੀਕਲ ਟਰਮ ਹੈ, ਮੈਂ ਦੱਸ ਟਰਮਨ ਟੀਕਾ ਹੈ, ਉਹਦੀ ਆਪ ਪਤਾ ਕਰ ਲਓ ਕਿੱਥੇ ਕੀ ਹੈਗਾ। ਇਸ ਤੋਂ ਇਲਾਵਾ ਦੂਜੇ ਨਸ਼ਿਆਂ ਦੀ ਵੀ ਗੱਲ ਕੀਤੀ ਜਾਵੇ, ਜਿਹੜੇ ਹੁਣ ਸਿੰਥੈਟਿਕ ਨਸ਼ੇ ਨੇ, ਉਹਦੇ ਕਿੰਨੀ ਕੁ ਮਾਤਰਾ ਤੁਹਾਡੇ ਕੋਲ? ਸਿੰਥੈਟਿਕ ਕੋਈ ਨਹੀਂ ਸਾਡੇ 'ਚ, ਸਟੀਰੋਇਡ ਵਾਲੀ ਗੱਲ ਕਰਦੇ ਹਾਂ ਆਪਾਂ। ਸਟੀਰੋਇਡ ਹੀ ਕਰ ਰਹੇ ਬੱਚੇ, ਸਟੀਰੋਇਡ ਬੰਦ ਕਰਾਉਣਾ ਸੀ। ਸਰ, ਤੁਸੀਂ ਪਹਿਲਾਂ ਗੱਲ ਕੀਤੀ 18% ਬੱਚੇ ਲੈਂਦੇ ਸੀਗੇ, ਉਹਨਾਂ ਨੂੰ ਉਹ ਟਰਮਨ ਟੀਕਾ, ਮੈਂ ਦੱਸਿਆ ਤੁਹਾਨੂੰ ਟਰਮਨ ਟੀਕਾ ਬੰਦ। ਓਪੀਅਮ ਡੈਰੀਵੇਟਿਵ ਤੁਸੀਂ ਕਿਹਾ ਸੀ? ਆਮ ਸੌਰੀ, ਤੁਸੀਂ ਕਿਹਾ ਸੀ ਓਪੀਅਮ ਡੈਰੀਵੇਟਿਵ? ਆਈ ਐਮ ਨੋਟ ਅ ਡਾਕਟਰ, ਓਕੇ, ਸੋ ਆਈ ਵੋਂਟ ਨੋ ਵਾਟ। ਮੈਂ ਸਰ ਟਰਮਨ ਟੀਕਾ ਇੱਕ ਹੈਗਾ ਵਾ, ਉਹ ਲੈਂਦੇ ਸੀਗੇ, ਉਹ ਅਸੀਂ ਬੰਦ ਕਰ ਕੀਤਾ ਆਲਰੇਡੀ, ਬੈਨ ਵੀ ਕੀਤੇ ਆ, ਉਹ ਹਟ ਗਏ ਬੱਚੇ ਵੀ ਲੈਣੇ। ਹੁਣ ਗਾਂਹ ਜਿੱਦਾਂ ਜਿੱਦਾਂ ਪ੍ਰੋਗਰੈਸ ਕਰੂਗੀ ਨਵੀਂ ਫੈਡਰੇਸ਼ਨ ਤੋਂ ਕਰਾਂਗੇ, ਕਿਉਂਕਿ ਸਾਡੇ ਪੰਜਾਬ ਜਾਂ ਵਿੱਚ ਹੈਗਾ ਕਿ ਅਸੀਂ ਇਧਰੋਂ ਖੇਡਦਾ ਕੋਈ ਇਧਰੋਂ ਖੇਡਦਾ, ਉਹ ਅਸੀਂ ਚਾਹੁੰਦੇ ਹਾਂ ਵੀ ਇਕੱਠੇ ਹੋਈਏ, ਸਰ ਜੀ ਇਕੱਠੇ ਕਰੀਏ ਆਪਾਂ, ਠੀਕ ਹੈ। ਤੁਹਾਡਾ ਕੋਈ ਡਰੈਗਸ ਜਿਹੜਾ ਖਿਡਾਰੀ ਪਕੜਿਆ ਗਿਆ, ਤੁਸੀਂ ਕਿੰਨਾ ਚਿਰ ਲਈ ਉਹਨੂੰ ਬੈਨ ਕਰੋਗੇ? ਸਾਲ ਲਈ, ਇੱਕ ਸਾਲ ਲਈ। ਦੁਬਾਰਾ ਫਿਰ ਉਹਦਾ ਟੈਸਟ ਹੋਏਗਾ ਕਿ ਉਹਨੂੰ? ਹੁਣ ਜਿਹੜਾ ਅਸੀਂ ਟੈਸਟ ਪਹਿਲਾਂ ਕਰਨਾ ਉਹ ਅਲਾਊਡ ਆ, ਇੱਕ ਟੈਸਟ ਹੋਰ ਲੈ ਸਕਦਾ ਵਾ ਜੇ ਉਹ ਆਇੰਦਾ ਪੋਜ਼ਿਟਿਵ। ਜੇ ਉਹ ਫਿਰ ਵੀ ਫਿਰ ਹੁੰਦਾ, ਫਿਰ ਸਾਲ ਹੀ ਬੈਨ ਹੈ ਰਾਊਂਡ ਦੀ ਵਰਲਡ। ਸਰ, ਪਿੱਛੇ ਆਪਣੇ ਕੁਛ ਟੈਸਟ ਕੀਤਾ ਗਿਆ, ਕਿੰਨੀ ਪਰਸੈਂਟੇਜ ਆਪਣੀ ਨਿਕਲੀ? ਮੈਂ ਦੱਸਿਆ ਨਾ ਯਾਰ, ਉਹਨਾਂ 'ਚੋਂ 18% ਸੀ ਜੇ ਪਹਿਲਾਂ ਕੀਤੇ ਮੌਕੇ ਦੇ, ਅਸੀਂ ਆਪ ਇੰਜਾਨ ਸੀ ਉਸ ਕੰਮ ਦੇ ਵਿੱਚ, ਰਾਈਟ। ਹੁਣ ਅਸੀਂ ਕੰਪਨੀ ਲੱਭੀ ਕੁਐਸਟ, ਬੜੀ ਵੱਡੀ ਕੰਪਨੀ, ਤੁਸੀਂ ਦੇਖ ਲਓ ਗੂਗਲ ਦੇ ਉੱਤੇ ਕੀ ਹੈਗਾ ਕੀ। ਇਹਨਾਂ ਅਸੀਂ ਕੰਟੈਕਟ ਕੀਤਾ, ਕਾਫੀ ਫੀਸ ਲੱਗਣੀ ਆ, ਪੈਸੇ ਕਾਫੀ ਲੱਗਣੇ, ਅਸੀਂ ਲਾ ਕੇ ਕਰ ਰਹੇ ਹਾਂ ਜੋ ਕਰ ਰਹੇ ਹਾਂ ਬੱਚਿਆਂ ਦੀ ਪੜ੍ਹਾਈ ਵਾਸਤੇ। ਸੁਰਜਨ ਸਿੰਘ ਚੱਠਾ ਵੱਲੋਂ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਜੋ ਵੀ ਖਿਡਾਰੀ ਡੋਪ ਟੈਸਟ ਦੇ ਵਿੱਚ ਫੇਲ ਹੁੰਦਾ ਹੈ ਉਹ ਇਸ ਵਾਰ ਦੇ ਸੀਜ਼ਨ ਵਿੱਚ ਹਿੱਸਾ ਨਹੀਂ ਲੈ ਸਕੇਗਾ। ਜਲੰਧਰ ਤੋਂ ਨਿਸ਼ਾ ਸ਼ਰਮਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।